ਸਤਿ ਸ਼੍ਰੀ ਅਕਾਲ ਜੀ, JBS ਟਾਈਮ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਜਗਵੀਰ ਆਜ਼ਾਦ। ਇਸ ਵੇਲੇ ਦੀ ਵੱਡੀ ਖਬਰ ਇਹ ਆ ਕਿ ਕੱਲ੍ਹ ਅਤੇ ਪਰਸੋਂ ਯਾਨੀ ਕਿ 5 ਅਤੇ 6 ਜੁਲਾਈ ਨੂੰ ਪੈਟਰੋਲ ਪੰਪ ਮੋਗਾ ਜ਼ਿਲ੍ਹਾ ਦੇ ਵਿੱਚ ਬੰਦ ਹੋਣ ਜਾ ਰਹੇ ਨੇ। ਕੀ ਕਾਰਨ ਆ, ਇੱਥੋਂ ਦੇ ਮੈਨੇਜਰ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ 1 ਘੰਟੇ ਦਾ ਸਮਾਂ ਉਹਨਾਂ ਨੇ ਦੱਸਿਆ ਕਿ 1 ਘੰਟੇ ਤੱਕ ਆ ਜਿਹੜੇ ਪੈਟਰੋਲ ਪੰਪ ਨਿਆਲ ਸਿੰਘ ਵਾਲਾ ਦੇ ਵਿੱਚ ਬੰਦ ਹੋਣ ਜਾ ਰਹੇ ਆ। ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਆ, ਜਲਦ ਤੋਂ ਜਲਦ ਉਹ ਅੱਜ ਦਾ ਦਿਨ ਜਿਹੜਾ ਤੇਲ ਪਵਾ ਸਕਦੇ ਨੇ, ਕਿਉਂਕਿ ਕੱਲ੍ਹ ਤੋਂ ਗ੍ਰਾਹਕਾਂ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਕਿ ਮੋਗਾ ਜ਼ਿਲ੍ਹਾ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਹੜਤਾਲ ਆ, ਕਾਰਨ ਪੈਟਰੋਲ ਪੰਪ 5 ਅਤੇ 6 ਜੁਲਾਈ 2024 ਨੂੰ ਬੰਦ ਰਹਿਣਗੇ। ਸੋ ਇੱਥੋਂ ਦੇ ਮੈਨੇਜਰ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਜਿਹੜਾ ਅਸਲ ਕਾਰਨ ਕੀ ਆ, ਕਿਉਂ ਜਿਹੜਾ 5 ਅਤੇ 6 ਤਰੀਕ ਨੂੰ ਬੰਦ ਹੋਣਗੇ, ਕਿਉਂਕਿ ਲੋਕਾਂ ਦੇ ਵਿੱਚ ਸ਼ਾਇਦ ਨਿਹਾਲ ਸਿੰਘ ਵਾਲਾ ਦੇ ਵਿੱਚ ਇਸ ਗੱਲ ਦਾ ਨਹੀਂ ਪਤਾ, ਤਾਂ ਤੁਹਾਨੂੰ ਦੱਸਣ ਦੇ ਲਈ, ਜਾਣਕਾਰੀ ਦੇਣ ਦੇ ਲਈ ਲਾਈਵ ਹੋਏ ਹਾਂ। ਸੋ 1 ਘੰਟੇ ਦਾ ਸਮਾਂ, ਸੋ ਮੈਨੇਜਰ ਸਾਹਿਬ ਇੱਥੇ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਲੱਕੀ ਜੀ। ਕੀ ਕਾਰਨ ਬਣਿਆ ਕਿ 1 ਘੰਟੇ ਦੇ ਵਿੱਚ ਹੀ ਜਿਹੜਾ ਪੈਟਰੋਲ ਪੰਪ ਬੰਦ ਹੋਣ ਜਾ ਰਿਹਾ, ਖਾਸ ਕਰਕੇ ਨਿਹਾਲ ਸਿੰਘ ਵਾਲਾ ਦੇ ਵਿੱਚ? ਇਹ ਆਪਣੇ ਨਾ ਸਰਕਾਰ ਤੋਂ PWD ਦੇ ਜਿਹੜੀ ਆਪਣੀਆਂ ਨਾਲੇ ਦੇ ਨਾਲ ਅੱਗੇ ਸੜਕ ਦੇ ਵਿਚਕਾਰ ਜਿਹੜੀ ਜਗ੍ਹਾ ਜੀ, ਉਹ ਜਗ੍ਹਾ ਦੇ ਰੈਂਟ ਕਰਕੇ ਨੋਟਿਸ ਕੱਢਿਆ ਸਾਰੇ ਪੰਪਾਂ ਜੀ। ਜਿਹੜੀ ਨੋਟਿਸ ਦੀ ਰਕਮ ਆ, ਕਿਸੇ ਨੂੰ 5 ਲੱਖ, 4 ਲੱਖ, 8 ਲੱਖ, 12 ਲੱਖ ਤੱਕ ਵੀ ਨੋਟਿਸ ਆ ਜਿਹੜੇ ਭੇਜੇ ਹੋਏ ਆ ਜੀ, ਉਹਦੇ ਵਿਰੋਧ 'ਚ ਇਸ ਕਰਕੇ ਕਿ 2 ਦਿਨ ਪੰਪ ਆਪਣੇ ਮੋਗਾ 'ਚ ਸਾਰੇ ਪੰਪ ਕਲੋਜ਼ ਰਹਿਣਗੇ। ਇਹ ਮੋਗਾ ਜ਼ਿਲ੍ਹਾ ਹੀ ਵਿੱਚ? ਪੂਰਾ ਮੋਗਾ ਜ਼ਿਲ੍ਹਾ ਜੀ। ਉਸ ਤੋਂ ਬਾਅਦ ਦੇਖੋ ਕਿ ਰਾਤ ਨੂੰ ਕੀ ਅਪਡੇਟ ਆਉਂਦੀ ਹੈ ਕਿ ਪੂਰੇ ਪੰਜਾਬ ਨੂੰ ਵਧੂਗਾ ਜੀ। ਹਜੇ ਤੱਕ ਆਪਣਾ ਇਕੱਲਾ ਮੋਗਾ ਜ਼ਿਲ੍ਹਾ ਹੀ। ਕਿੰਨੇ ਵਜੇ ਤੱਕ ਜਿਹੜਾ ਤੇਲ ਪਾਓਗੇ ਹੁਣ ਤੁਸੀਂ? ਅੱਜ ਆਪਾਂ ਵੈਸੇ ਤਾਂ ਅਸੀਂ 9 ਵਜੇ ਤੱਕ ਹੁੰਦੇ ਹਾਂ ਜੀ ਜੀ, ਪਰ ਅੱਜ ਕਸਟਮਰ ਦੀ ਡਿਮਾਂਡ 'ਤੇ ਜੇ 11 ਵੀ ਵੱਜ ਗਏ, 10 ਵੀ ਵੱਜ ਗਏ ਉਵੇਂ ਆ, ਜੇ 9 ਵਜੇ ਤੋਂ ਬਾਅਦ ਨਹੀਂ ਕੋਈ ਕਸਟਮਰ ਹੋਇਆ ਕਲੋਜ਼ ਕਰਨਾ। ਦਰਸ਼ਕੋ, ਇਸ ਵੇਲੇ ਦੀ ਵੱਡੀ ਅਪਡੇਟ ਇਹ ਆ, ਇਹਨਾਂ ਦਾ ਕਹਿਣਾ ਕਿ ਸਾਹਮਣੇ ਜੋ ਤੁਸੀਂ ਜਗ੍ਹਾ ਦੇਖ ਰਹੇ ਹੋ, ਇੱਥੇ ਇੰਡੀਅਨ ਆਇਲ ਦਾ ਜਿਹੜਾ ਇੱਕ ਲੋਗੋ ਲੱਗਿਆ ਹੋਇਆ ਔਰ ਜਗ੍ਹਾ ਤੁਸੀਂ ਦੇਖ ਰਹੇ ਹੋ, PW ਵੱਲੋਂ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹਦੇ ਵਿੱਚ ਵੱਡੀ ਰਕਮ ਦੇ ਵਿੱਚ ਇਹਨਾਂ ਨੂੰ ਨੋਟਿਸ ਜਾਰੀ ਹੋਇਆ ਕਿ ਲੱਖਾਂ ਰੁਪਏ ਦੀ ਜਿਹੜੀ ਅਮਾਊਂਟ ਆ ਉਹ ਜਮ੍ਹਾਂ ਕਰਾਉਣੀ ਹੋਵੇਗੀ, ਅਤੇ ਜਿਹੜੇ ਪੈਟਰੋਲ ਪੰਪ ਦੇ ਡੀਲਰ ਨੇ ਉਹਨਾਂ ਵੱਲੋਂ ਸਰਕਾਰ ਦੇ ਖਿਲਾਫ਼ ਇਹ 2 ਦਿਨ ਦਾ ਕਹਿੰਦੇ ਕਿ ਹੜਤਾਲ ਕੀਤੀ ਜਾ ਰਹੀ ਆ। ਫਿਲਹਾਲ ਜਿਹੜੀ ਅਪਡੇਟ ਆ ਇਹ ਨਿਹਾਲ ਸਿੰਘ ਵਾਲਾ ਮੋਗਾ ਜ਼ਿਲ੍ਹੇ ਦੇ ਵਿੱਚ ਆ, ਬਾਕੀ ਜਲਦੀ ਅਪਡੇਟ ਤੁਹਾਨੂੰ ਦੇਵਾਂਗੇ। ਔਰ ਇਸ ਪੰਪ ਵਾਲਿਆਂ ਨੇ ਇਹ ਕਿਹਾ ਕਿ ਜੇਕਰ ਪਬਲਿਕ ਦੀ ਡਿਮਾਂਡ ਆ ਤਾਂ 11 ਵਜੇ ਤੱਕ, ਅੱਜ ਪੈਟਰੋਲ ਪੰਪ 11 ਵਜੇ ਤੱਕ ਖੁੱਲ੍ਹਣਗੇ ਅਤੇ ਜਿਹੜਾ ਤੇਲ ਆ ਪਾਇਆ ਜਾਵੇਗਾ। ਕੱਲ੍ਹ ਅਤੇ ਪਰਸੋਂ ਸ਼ਨੀਵਾਰ ਅਤੇ ਐਤਵਾਰ ਪੈਟਰੋਲ ਪੰਪ ਬੰਦ ਰਹਿਣਗੇ, ਅਤੇ ਲਗਭਗ ਇਸ ਵੀਡੀਓ ਨੂੰ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰ ਦਿਓ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਕੱਲ੍ਹ ਨੂੰ ਜਿਹੜੇ ਨਿਹਾਲ ਸਿੰਘ ਵਾਲਾ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਨੇ ਉਹ ਬੰਦ ਹੋਣ ਜਾ ਰਹੇ ਨੇ 2 ਦਿਨ ਦੇ ਲਈ, ਤਾਂ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਅਤੇ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਕਈ ਵਾਰ ਕੋਈ ਐਮਰਜੈਂਸੀ ਹੁੰਦੀ ਆ ਤਾਂ ਅਸੀਂ ਸਾਨੂੰ ਵਾਹਨ ਦੇ ਵਿੱਚ ਤੇਲ ਨਹੀਂ ਮਿਲਦਾ, ਤਾਂ ਕਰਕੇ ਜਿਹੜੇ ਪਬਲਿਕ ਆ ਉਹ ਇਸ ਤੋਂ ਜਾਣਕਾਰੀ ਜਿਹੜੀ ਆ ਲੈ ਸਕਦੀ ਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕਲ ਨਿਹਾਲ ਸਿੰਘ ਵਾਲੇ ਦੇ ਜਿੰਨੇ ਵੀ ਵਹੀਕਲ ਨੇ ਇਸ ਵੀਡੀਓ ਤੋਂ ਬਾਅਦ ਇੱਥੇ ਪਹੁੰਚ ਰਹੇ ਨੇ, ਔਰ ਅੱਜ ਦਾ ਦਿਨ ਜਿਹੜਾ ਪੰਪ ਰਾਤ 11 ਵਜੇ ਤੱਕ ਓਪਨ ਰਹੇਗਾ, ਕੱਲ੍ਹ ਅਤੇ ਪਰਸੋਂ ਪੈਟਰੋਲ ਪੰਪ ਬੰਦ ਰਹਿਣਗੇ। ਅਤੇ ਕਾਰਨ ਤੁਹਾਨੂੰ ਦੱਸ ਦਿੱਤੇ ਕਿ PWD ਵੱਲੋਂ ਪੂਰੇ ਪੈਟਰੋਲ ਪੰਪਾਂ ਨੂੰ ਜਿਹੜਾ ਇੱਕ ਨੋਟਿਸ ਭੇਜਿਆ ਗਿਆ ਹੈਗਾ, ਜਿਹੜੀ ਜਗ੍ਹਾ ਹੈ PWD ਦੀ ਉਸਦੇ ਵਿੱਚ ਜਿਹੜੇ ਇਹਨਾਂ ਦੇ ਲੋਗੋ ਲੱਗੇ ਹੋਏ ਨੇ ਪੰਪ ਦੇ, ਉਹਦਾ ਕਾਰਨ ਆ ਜਿਹੜਾ ਉਹਨਾਂ ਨੂੰ ਨੋਟਿਸ ਭੇਜੇ ਜਾ ਰਹੇ ਆ। ਸੋ ਜਲਦੀ ਨਵਾਂ ਅਪਡੇਟ ਲੈ ਕੇ ਮਿਲਦੇ ਹਾਂ, ਬਣੇ ਰਹੋ JBS ਟਾਈਮ ਦੇ ਨਾਲ।